ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸੁਖਮਨ ਸਿੰਘ ਅਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਦੀ ਸੋਸ਼ਲ ਵਰਕ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਮੈਂ ਪਿਛਲੇ  3 ਸਾਲ ਤੋਂ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰੱਸਟ ਦੇ ਪਲੇਟਫਾਰਮ ਦੇ ਨਾਲ ਜੁੜਿਆ ਹੋਇਆ, ਜਿਹਦੇ ਵਿੱਚ ਸਪਾਈਨਲ ਇੰਜਰੀ ਪੇਸ਼ੈਂਟਸ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਨਾਲ ਦੀ ਨਾਲ PGI ਦੇ ਵਿੱਚ ਸਵੇਰੇ ਮੰਗਲਵਾਰ ਚਾਹ ਦਾ ਲੰਗਰ ਲਾਇਆ ਜਾਂਦਾ। ਜਦੋਂ ਦਾ ਮੈਂ ਇਸ ਪਲੇਟਫਾਰਮ ਦੇ ਨਾਲ ਜੁੜਿਆ ਅਤੇ ਮੇਰਾ ਜ਼ਿੰਦਗੀ ਜਿਉਣ ਦਾ ਨਜ਼ਰੀਆ ਬਦਲ ਗਿਆ। ਜਦੋਂ ਅਸੀਂ PGI ਦੇ ਵਿੱਚ ਸੇਵਾ ਕਰਨ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਸਾਡੀ ਲਾਈਫ ਦੀ ਕੀ ਵੈਲਿਊ ਹੈ। ਬਹੁਤ ਲੋਕ ਦੁਖੀ ਨੇ, ਇਹ ਸਿਰਫ ਇਸ ਸਰਵ ਮੈਂਟੀ ਸਰਵ ਗੋਡ ਚੈਰੀਟੇਬਲ ਟਰੱਸਟ ਦੇ ਪਲੇਟਫਾਰਮ ਨਾਲ ਹੀ ਅਸੀਂ ਇਹਨਾਂ ਲੋਕਾਂ ਤੱਕ ਪਹੁੰਚ ਪਾਉਂਦੇ ਹਾਂ, ਅਸੀਂ ਉਹਨਾਂ ਲੋਕਾਂ ਦੀ ਸਹਾਇਤਾ ਕਰ ਪਾਉਂਦੇ ਹਾਂ। ਜਦੋਂ ਤੁਸੀਂ ਇੱਦਾਂ ਦੇ ਪਲੇਟਫਾਰਮ ਨਾਲ ਜੁੜਦੇ ਹਾਂ ਤੁਹਾਨੂੰ ਪਤਾ ਲੱਗਦਾ ਲੋਕ ਕਿੰਨੇ ਦੁਖੀ ਆ। ਅਸੀਂ ਆਪਦੀ ਲਾਈਫ ਦੇ ਵਿੱਚੋਂ ਆਪਦੇ ਸਕੈਜੂਲ ਦੇ ਵਿੱਚੋਂ ਟਾਈਮ ਕੱਢ ਕੇ ਇਹਨਾਂ ਲੋਕਾਂ ਦੇ ਲਈ ਇਹ ਸੁਸਾਇਟੀ ਦੇ ਲਈ ਕੁਛ ਨਾ ਕੁਛ ਕਰਦੇ ਰਹੀਏ ਅਤੇ ਇੱਦਾਂ ਦੇ ਪਲੇਟਫਾਰਮਸ ਦੇ ਨਾਲ ਜੁੜਦੇ ਰਹੀਏ। ਅਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ, ਤੁਸੀਂ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰੱਸਟ ਦੇ ਨਾਲ ਜੁੜੋ ਅਤੇ ਤੁਹਾਨੂੰ ਪਤਾ ਲੱਗੂਗਾ ਲੋਕ ਕਿੰਨੇ ਦੁਖੀ ਆ ਅਤੇ ਇਸ ਇਹ ਔਰਗਨਾਈਜੇਸ਼ਨ ਇਹ NGO